ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਆ? ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸ਼ਾਹ, ਅਤੇ ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ ਸੁਪਰ ਟੀਵੀ। ਸਭ ਤੋਂ ਪਹਿਲੇ ਤਾਂ ਦੋਸਤੋ, ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਨੂੰ ਕਰੋ ਪ੍ਰੈਸ, ਤਾਂ ਕਿ ਜਿਹੜੀ ਵੀ ਵੀਡੀਓ ਲਾਈਏ ਉਹਦੀ ਬਰ ਵਕਤ ਇਤਲਾਹ ਭਰਾਵਾਂ ਨੂੰ ਮਿਲੇ। ਦੋਸਤੋ, ਆਹ ਸਾਡੇ ਇੱਕ ਦੋਸਤ ਨੇ, ਸਾਡੇ ਵੀਰ ਨੇ, ਛੋਹਣਾ ਵਾਲਾ ਸ਼ਹਿਰ ਹੈ ਹਸਲਪੁਰ ਦੇ ਨਾਲ ਹੀ, ਬਿਲਕੁਲ ਅੱਗੇ ਬਾਰਡਰ ਏਰੀਏ, ਬਾਰਡਰ ਸਾਈਡ 'ਤੇ ਛੋਟਾ ਜਿਹਾ ਸ਼ਹਿਰ ਆ, ਅਤੇ ਉੱਥੇ ਸਾਡੇ ਇੱਕ ਵੀਰ ਨੇ ਦਿਲ ਮੁਹੰਮਦ, ਦਿਲ ਮੁਹੰਮਦ ਦੇ ਨਾਮ ਤੋਂ ਉਹਨਾਂ ਦਾ ਡੇਰੀ ਫਾਰਮ ਹੈ। ਆਹ ਉਹਨਾਂ ਦੇ ਕੋਲ ਮਾਸ਼ਾਅੱਲਾ ਮਾਲ ਖੜਾ ਵਾ, ਫਰੀਜ਼ਨਾ 27 ਲੀਟਰ 30 ਲੀਟਰ ਤੱਕ ਮਾਸ਼ਾਅੱਲਾ ਦੁੱਧ ਦੇਣ ਵਾਲੀਆਂ। ਫਿਰ ਇਹਨਾਂ ਦੇ ਕੋਲ ਕ੍ਰਾਸ ਵੀ ਜਾਨਵਰ ਖੜ੍ਹੇ ਆ, ਜਾਨਵਰ ਇਹਨਾਂ ਕੋਲ ਇਸ ਟਾਈਮ 5-6 ਖੜ੍ਹੇ ਆ, ਔਰ ਸਾਰੇ ਫਾਰ ਸੇਲ ਹੈ। ਅਗਰ ਕਿਸੇ ਭਰਾ ਨੂੰ ਚਾਹੀਦੇ ਹੋਣ ਤਾਂ ਇਹਨਾਂ ਨੇ ਸੇਲ ਕਰਨੇ ਆ, ਔਰ ਮੁਨਾਸਬ ਕੀਮਤ ਆ ਬਿਲਕੁਲ, ਔਰ ਮਾਲ ਦੀ ਅੱਲਾ ਦੇ ਹੁਕਮ ਨਾਲ 200% ਅਸੀਂ ਖੁਦ ਗਰੰਟੀ ਦਾਂਗੇ। ਤੁਸੀਂ ਆਓ, ਆ ਕੇ ਇਹਨਾਂ ਦੇ ਕੋਲ ਰੋ ਡੇਰਾ ਦੇਖੋ, ਇਹਨਾਂ ਦਾ ਫਾਰਮ ਹੈ ਛੋਟਾ ਜਿਹਾ, ਅਤੇ ਤੁਸੀਂ ਅਗਰ ਇਨਸ਼ਾਅੱਲਾ ਮੁਤਮਿਨ ਹੋਵੋਗੇ, ਅਗਰ ਮੁਤਮਿਨ ਨਾ ਹੋਵੋ ਤਾਂ ਵੀ ਮਸਲਾ ਕੋਈ ਨਹੀਂ, ਲੇਕਿਨ ਇਸ ਤਰ੍ਹਾਂ ਦਾ ਮਾਲ ਨਹੀਂ ਆ। ਤੁਸੀਂ ਦੇਖ ਰਹੇ ਹੋ ਮਾਸ਼ਾਅੱਲਾ ਬਹੁਤ ਸੋਹਣਾ ਮਾਲ ਆ, ਚੰਗੇ ਚੱਡੇ, ਔਰ 18 ਲੀਟਰ 20 ਲੀਟਰ 22 ਲੀਟਰ ਦੁੱਧ ਦੇਣ ਵਾਲੀਆਂ, ਯਾਨੀ ਕਿ ਜਿਹੜੀਆਂ ਇਹਨਾਂ ਦੇ ਕੋਲ ਗਾਈਆਂ ਹਰ ਵੇਲੇ ਮੌਜੂਦ ਹੁੰਦੀਆਂ। ਲੇਕਿਨ ਇਸ ਟਾਈਮ ਇਹਨਾਂ ਦੇ ਕੋਲ 4-5 ਜਾਨਵਰ ਖੜ੍ਹੇ ਆ ਵੱਡੇ, ਜਿਹੜੇ ਇਹਨਾਂ ਨੇ ਫਾਰ ਸੇਲ ਲਾਏ ਹੋਏ ਆ। ਅਤੇ ਅਗਰ ਕਿਸੇ ਭਰਾ ਨੂੰ ਮਾਲ ਪਸੰਦ ਆਵੇ ਤਾਂ ਦਿਲ ਭਾਈ ਨੇ ਉੱਪਰ ਦਿਲ ਮੁਹੰਮਦ ਦੇ ਨਾਮ ਤੋਂ ਇਹਨਾਂ ਦਾ ਹੈ ਉੱਥੇ ਫਾਰਮ, ਅਤੇ ਆਹ ਤੁਸੀਂ ਮਾਸ਼ਾਅੱਲਾ ਲੇਵਾ ਚੈੱਕ ਕਰ ਲਓ। ਇਸੇ ਤਰ੍ਹਾਂ ਇਹਨਾਂ ਦੇ ਕੋਲ ਫਰੀਜ਼ਨਾਂ ਦੇ ਵਿੱਚ ਬਹੁਤ ਟੈਟ ਜਾਨਵਰ ਖੜ੍ਹੇ ਹੈਗੇ ਆ। ਅਸੀਂ ਖੁਦ ਇਹਨਾਂ ਦਾ ਫਾਰਮ ਵਿਜ਼ਿਟ ਕੀਤਾ, ਮਾਸ਼ਾਅੱਲਾ ਬੰਦੇ ਬੜੇ ਦਿਲ ਵਾਲੇ ਆ, ਖੁਸ਼ ਅਖਲਾਕ ਆ, ਔਰ ਚੱਕਰ ਨਹੀਂ ਦੇਣਗੇ, ਧੋਖਾ ਨਹੀਂ ਤੁਹਾਡੇ ਨਾਲ ਕਦੀ ਵੀ ਕਰਨਗੇ। ਅਗਰ ਵੀਡੀਓ ਅੱਛੀ ਲੱਗੇ ਤਾਂ ਦੋਸਤਾਂ ਨਾਲ, ਆਪਣੇ ਨਾਲ ਫੇਸਬੁੱਕ 'ਤੇ, ਵਟਸਐਪ 'ਤੇ, ਟਵਿੱਟਰ 'ਤੇ ਆਪਣੇ ਯਾਰਾਂ ਨਾਲ ਸ਼ੇਅਰ ਕਰੋ, ਅਤੇ ਜੁੜੇ ਰਹੋ ਚੈਨਲ ਦੇ ਨਾਲ। ਇਨਸ਼ਾਅੱਲਾ ਇਸੇ ਤਰ੍ਹਾਂ ਵੀਡੀਓ ਲਾਉਂਦੇ ਰਹਾਂਗੇ, ਸੋਹਣੀਆਂ ਸੋਹਣੀਆਂ, ਤਾਂ ਕਿ ਭਰਾਵਾਂ ਨੂੰ ਵੀ ਕੋਈ ਫਾਇਦਾ ਹੋਵੇ।